हां जी दोस्तों स्वागत है ਤੁਹਾਡਾ ਅੱਜ ਦੇ ਨਾ ਮੁੱਖ ਖਬਰਾਂ ਦੇ ਵਿੱਚ ਆਓ ਲੜੀ ਬਾਰ ਗੱਲ ਕਰਦੇ ਹਾਂ ਪੰਜਾਬ ਅਤੇ ਦੁਨੀਆ ਦੀਆਂ ਮੁੱਖ ਵੱਡੀਆਂ ਖਬਰਾਂ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਲਾਈਕ ਅਤੇ ਸ਼ੇਅਰ ਜਰੂਰ ਕਰ ਦਿਓ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਹੁਣ ਗੱਲਬਾਤ ਕਰਦੇ ਹਾਂ ਜੀ ਸ਼ਾਮ ਦੀਆਂ ਵੱਡੀਆਂ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਜੀ ਪਹਿਲੀ ਖਬਰ ਤੋਂ ਪੰਜਾਬ ਸਰਕਾਰ ਦਾ ਆਦੇਸ਼ ਸੂਬੇ ਵਿੱਚ ਆਉਣ ਵਾਲੇ ਲੋਕਾਂ ਨੂੰ ਕਰਨੀ ਪਵੇਗੀ ਕੋਵਾ ਐਪ ਦੇ ਈ ਰਜਿਸਟ੍ਰੇਸ਼ਨ ਸੂਬੇ ਵਿੱਚ ਹਰ ਰੋਜ਼ ਦੂਜੇ ਰਾਜਾਂ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਆ ਰਹੇ ਹਨ ਅਜਿਹੀ ਸਥਿਤੀ ਵਿੱਚ ਸੂਬਾ ਸਰਕਾਰ ਨੇ ਉੱਚ ਜੋਖਮ ਵਾਲੇ ਖੇਤਰ ਅਤੇ ਦਿੱਲੀ ਸਮੇਤ ਹੋਰ ਰਾਜਾਂ ਤੋਂ ਆਉਣ ਵਾਲੇ ਲੋਕਾਂ ਲਈ ਸਖਤੀ ਵਧਾ ਦਿੱਤੀ ਹੈ ਪਰ ਸਰਕਾਰ ਵੱਲੋਂ ਘਰੇਲੂ ਯਾਤਰੀਆਂ ਦੀ ਘਰੇਲੂ ਆਈਸੋਲੇਸ਼ਨ ਦੀ ਬਜਾਏ ਸੈਵੇ ਨਿਗਰਾਨੀ ਕਰਨ ਤੇ ਵਿਚਾਰ ਨਾਲ ਸਹਿਮਤ ਨਾ ਹੋਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਨੇ ਇਸ ਨੂੰ ਰੱਦ ਕਰ ਦਿੱਤਾ ਹੈ ਤੇ ਉਹਨਾਂ ਨੇ ਕਿਹਾ ਕਿ ਕਿਸੇ ਵੀ ਵਾਹਨ ਨੂੰ ਪੰਜਾਬ ਕੋਵਿਡ ਹੈਲਪਲਾਈਨ ਵਿੱਚ ਰਜਿਸਟਰ ਕੀਤੇ ਬਿਨਾ ਪੰਜਾਬ ਵਿੱਚ ਦਾਖਲ ਹੋਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਤੇ ਜੇ ਰਜਿਸਟ੍ਰੇਸ਼ਨ ਦੁਆਰਾ ਜਾਰੀ ਕੀਤਾ 바ਰ ਕੋਡ ਵਾਹਨ ਦੀ ਸਕਰੀਨ ਤੇ ਨਹੀਂ ਲਗਾਇਆ ਜਾਂਦਾ ਤਾਂ ਐਂਟਰੀ ਪੰਜਾਬ ਵਿੱਚ ਉਪਲਬਧ ਨਹੀਂ ਹੋਵੇਗੀ ਸ਼ੁੱਕਰਵਾਰ ਨੂੰ ਰਾਜ ਕੋਵਿਡ 19 ਕੰਟਰੋਲ ਰੂਮ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਹੁਣ 7 ਤਰੀਕ ਤੋਂ ਬਾਅਦ ਪੰਜਾਬ ਆਉਣ ਵਾਲੇ ਹਰੇਕ ਵਿਅਕਤੀ ਨੂੰ ਕੋਵਾ ਐਪ ਰਾਹੀਂ ਰਿਜਿਸਟਰ ਕਰਨਾ ਲਾਜ਼ਮੀ ਹੋਵੇਗਾ ਇਸ ਦੇ ਨਾਲ ਹੀ ਸਾਈਟਾਂ ਤੇ ਜਾ ਕੇ ਆਉਣ ਵਾਲੇ ਲੋਕਾਂ ਦੇ ਰਜਿਸਟ੍ਰੇਸ਼ਨ ਉਪਲਬਧ ਹੋਵੇਗੀ ਪੰਜਾਬ ਦੀ ਅਫੀਸ਼ੀਅਲ ਵੈਬਸਾਈਟ ਦੇ ਉੱਪਰ ਇਹ ਨਿਯਮਾ ਪੰਜਾਬ ਵਿੱਚ ਦਾਖਲ ਹੋਣ ਵਾਲੇ ਸਾਰੇ ਲੋਕਾਂ ਤੇ ਜਾਰੀ ਰਹੇਗਾ ਭਾਵੇਂ ਕੋਈ ਵਿਅਕਤੀ ਰੇਲ ਹਵਾਈ ਜਾਂ ਸੜਕ ਰਾਹੀਂ ਪੰਜਾਬ ਵਿੱਚ ਕਿਉਂ ਨਾ ਆ ਰਿਹਾ ਹੋਵੇ ਰਜਿਸਟ੍ਰੇਸ਼ਨ ਨਾਲ ਜਾਰੀ 바ਰ ਕੋਡ ਬਾਹਨ ਦੀ ਸਕਰੀਨ ਤੇ ਨਾ ਲਗਾਏ ਜਾਣ ਤੇ ਪੰਜਾਬ ਵਿੱਚ ਐਂਟਰੀ ਨਹੀਂ ਮਿਲੇਗੀ ਅਸ ਤੋਂ ਬਾਅਦ ਦੂਸਰੀ ਖਬਰ ਆ ਰਹੀ ਜੀ 12ਵੀਂ ਦੀਆਂ ਬਾਕੀ ਰਹਿੰਦੀਆਂ ਪ੍ਰੀਖਿਆਵਾਂ ਰੱਦ ਕਰਕੇ ਸਾਰੇ ਵਿਦਿਆਰਥੀਆਂ ਨੂੰ ਪਾਸ ਕਰਨ ਦੀ ਤਿਆਰੀ ਹਾਂਜੀ ਸੁਪਰੀਮ ਕੋਰਟ ਦੀਆਂ ਹਦਾਇਤਾਂ ਤੇ ਕੋਰੋਨਾ ਦੇ ਹਾਲਾਤ ਨੂੰ ਵੇਖਦਿਆਂ ਇਸ ਵਾਰੀ 12ਵੀਂ ਦੇ ਵਿਦਿਆਰਥੀਆਂ ਨੂੰ ਵੀ ਸਰਕਾਰ 8ਵੀਂ ਤੇ 10ਵੀਂ ਦੀ ਤਰ੍ਹਾਂ ਬਿਨਾਂ ਪ੍ਰੀਖਿਆ ਪਾਸ ਕਰਨ ਤੇ ਵਿਚਾਰ ਕਰ ਰਹੀ ਹੈ ਉੰਜ ਤਾਂ 12ਵੀਂ ਜਮਾਤ ਦੀ ਲਗਭਗ 60% ਦੀ ਪ੍ਰੀਖਿਆਵਾਂ ਹੋ ਚੁੱਕੀਆਂ ਸਨ ਪਰ ਬਾਕੀ ਰਹਿੰਦੀਆਂ ਪ੍ਰੀਖਿਆਵਾਂ ਕਰਵਾਉਣ ਬਾਰੇ ਬੋਰਡ ਵੱਲੋਂ ਕਈ ਵਾਰੀ ਤਿਆਰੀਆਂ ਕੀਤੀਆਂ ਗਈਆਂ ਤੇ ਡੇਢ ਸੇਟ ਵੀ ਜਾਰੀ ਕੀਤੀ ਗਈ ਆ ਪਰ ਹੁਣ ਪਤਾ ਲੱਗਾ ਹੈ ਕਿ ਸਰਕਾਰ ਇਹਨਾਂ ਵਿਦਿਆਰਥੀਆਂ ਨੂੰ ਅਗਲੀਆਂ ਜਮਾਤਾਂ ਵਿੱਚ ਪ੍ਰੋਮੋਟ ਕਰਨ ਜਾ ਰਹੀ ਹੈ ਦੂਜੇ ਪਾਸੇ 12ਵੀਂ ਜਮਾਤ ਦੀਆਂ ਜਿਹੜੀਆਂ ਪ੍ਰੀਖਿਆਵਾਂ ਹੋ ਚੁੱਕੀਆਂ ਹਨ ਉਹਨਾਂ ਉੱਤਰ ਪੱਤਰੀਆਂ ਦੀ ਮਾਰਕਿੰਗ ਲਈ ਨਿਗਰਾਨੀ ਕਰਨ ਵਾਸਤੇ ਬੋਰਡ ਨੇ ਹਰ ਜ਼ਿਲ੍ਹੇ ਵਿੱਚ ਨੋਡਲ ਅਫਸਰ ਤਾਇਨਾਤ ਕੀਤੇ ਹਨ ਤੇ ਰੋਜ਼ਾਨਾ ਉਹਨਾਂ ਤੋਂ ਰਿਪੋਰਟ ਲਈ ਜਾਂਦੀ ਹੈ ਪਤਾ ਲੱਗਾ ਹੈ ਕਿ ਵਿਦਿਆਰਥੀਆਂ ਨੇ ਜਿਹੜੇ ਵੀ ਸੈਨੀਆਂ ਪ੍ਰੀਖਿਆਵਾਂ ਦਿੱਤੀਆਂ ਹਨ ਉਹਨਾਂ ਦੇ ਅਨੁਪਾਤ ਨਾਲ ਹੀ ਉਹਨਾਂ ਨੂੰ ਅੰਕਾਂ ਦੇ ਆਧਾਰ ਤੇ ਪਾਸ ਕੀਤਾ ਜਾਣਾ ਹੈ। ਉਸ ਤੋਂ ਵੱਡੀ ਖਬਰ ਹੈ ਜੀ WHO ਨੇ ਕਰੋਨਾ ਦੇ ਗਲਤ ਆਂਕੜਿਆਂ ਨੂੰ ਪੇਸ਼ ਕਰਨ ਵਾਲੇ ਦੇਸ਼ਾਂ ਨੂੰ ਦਿੱਤੀ ਚੇਤਾਵਨੀ। ਹਾਂਜੀ ਵਿਸ਼ਵ ਸਿਹਤ ਸੰਗਠਨ ਨੇ ਕਰੋਨਾ ਵਾਇਰਸ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਦੇਸ਼ਾਂ ਨੂੰ ਜਾਗਨ ਦੀ ਅਪੀਲ ਕੀਤੀ ਹੈ ਕਿਹਾ ਕਿ ਲੜਨ ਦੀ ਬਜਾਏ ਅਸਲ ਸਥਿਤੀ ਤੇ ਧਿਆਨ ਕੇਂਦਰਿਤ ਕਰੋ ਤੇ ਮਹਾਮਾਰੀ ਨੂੰ ਕੰਟਰੋਲ ਕਰੋ WHO ਦੇ ਐਮਰਜੈਂਸੀ ਡਾਇਰੈਕਟਰ ਨੇ ਕਿਹਾ ਹੈ ਕਿ ਲੋਕਾਂ ਨੂੰ ਜਾਗਣ ਦੀ ਜ਼ਰੂਰਤ ਹੈ ਅੰਕੜੇ ਅਤੇ ਜ਼ਮੀਨੀ ਹਕੀਕਤ ਝੂਠ ਨਹੀਂ ਹਨ ਉਹਨਾਂ ਨੇ ਕਿਹਾ ਕਿ ਕਈ ਦੇਸ਼ ਅੰਕੜਿਆਂ ਦੁਆਰਾ ਦਿੱਤੇ ਸਿਗਨਲ ਨੂੰ ਨਜ਼ਰਅੰਦਾਜ਼ ਕਰ ਰਹੇ ਹਨ ਤੇ ਉਸ ਨੇ ਕਿਹਾ ਹੈ ਕਿ ਆਰਥਿਕ ਕਾਰਨਾ ਕਰਕੇ ਕਾਰੋਬਾਰ ਦੀ ਗਤੀਵਿਧੀ ਸ਼ੁਰੂ ਕਰਨ ਦੀ ਜ਼ਰੂਰਤ ਹੋ ਸਕਦੀ ਹੈ ਪਰ ਸਮੱਸਿਆ ਨੂੰ ਅਣਦੇਖਾ ਨਹੀਂ ਕੀਤਾ ਜਾ ਸਕਦਾ ਇਹ ਸਮੱਸਿਆ ਜਾਦੂ ਨਾਲ ਖਤਮ ਹੋਣ ਵਾਲੀ ਨਹੀਂ ਹੈ WHO ਨੇ ਕਿਹਾ ਹੈ ਕਿ ਮਹਾਮਾਰੀ ਨੂੰ ਨਰੰਯੰਤਨ ਕਰਨ ਲਈ ਹਜੇ ਦੇਰ ਨਹੀਂ ਹੋਈ ਹੈ ਤੇ ਉਹਨਾਂ ਨੇ ਕਿਹਾ ਕਿ ਪੂਰੇ ਦੇਸ਼ ਵਿੱਚ ਤਾਲਾਬੰਦੀ ਦੀ ਬਜਾਏ ਘੱਟ ਲਾਗ ਵਾਲੇ ਖੇਤਰ ਵਿੱਚ ਹਾਲਾਤਾਂ ਵਿੱਚ ਢਿੱਲ ਦਿੱਤੀ ਜਾਣੀ ਚਾਹੀਦੀ ਹੈ ਪਰ ਉਹਨਾਂ ਇਲਾਕਿਆਂ ਵਿੱਚ ਜਿੱਥੇ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ ਸਖਤ ਕਦਮ ਚੁੱਕਣ ਤੋਂ ਇਲਾਵਾ ਹੋਰ ਕੋਈ ਬਕਲਪ ਨਹੀਂ ਹੈ ਉਹਨਾਂ ਨੇ ਹੋਰ ਵੀ ਕਿਹਾ ਹੈ ਕਿ ਦੇਸ਼ ਦੇ ਬਾਕਵਾਕ ਇਸ ਸਮੇਂ ਵਿੱਚ ਤਾਲਾਬੰਦੀ ਜਿੱਥੇ ਖੁੱਲ ਰਹੀ ਹੈ ਉਥੇ ਸਰਕਾਰ ਦੀ ਨਜ਼ਰ ਪੈਣੀ ਹੋਣੀ ਚਾਹੀਦੀ ਹੈ ਤੇ ਲਗਾਤਾਰ ਸਰਕਾਰ ਨੂੰ ਪੂਰਾ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਜਲਦ ਤੋਂ ਜਲਦ ਇਸ ਬਿਮਾਰੀ ਤੇ ਕੰਟਰੋਲ ਕੀਤਾ ਜਾ ਸਕੇ ਅਗਲੀ ਖਬਰ ਹੈ ਜੀ ਇਹ ਸ਼ਖਸ ਪਹਿਨਦਾ ਹੈ ਸੋਨੇ ਦਾ ਬਣਿਆ ਮਾਸਕ ਕੀਮਤ ਸੁਣ ਕੇ ਹੋ ਜਾਓਗੇ ਹੈਰਾਨ ਕਰੋਨਾ ਵੈਰ ਦੇ ਬਾਦੇ ਕੈਰ ਨੂੰ ਦੇਖਦੇ ਹੋਏ ਸਾਬ ਲਈ 마스크 ਪਹਿਣ ਕੇ ਰੱਖਣਾ ਲਾਜ਼ਮੀ ਹੋ ਗਿਆ ਪਰ ਦੇਸ਼ ਵਿੱਚ ਅਜੇ ਵੀ ਕਈ ਲੋਕਾਂ ਨੇ ਜਿਨ੍ਹਾਂ ਨੂੰ ਸੋਨਾ ਪਾ ਕੇ ਰੱਖਣ ਦਾ ਸ਼ੌਂਕ ਹੈ ਤੇ ਉਹ ਕੱਪੜੇ ਦਾ 마스크 ਪਹਿਨਣ ਦੀ ਬਜਾਏ ਸੋਨੇ ਦਾ ਬਣਿਆ 마스크 ਪਹਿਨ ਰਹੇ ਹਨ ਜੀ ਹਾਂ ਗੱਲ ਕਰਦੇ ਹਾਂ ਪੂਨੇ ਦੇ ਰਹਿਣ ਵਾਲੇ ਸ਼ੰਕਰ ਦੀ ਜਿਨ੍ਹਾਂ ਨੂੰ ਸੋਨਾ ਪਹਿਨਣ ਦਾ ਇੰਨਾ ਜ਼ਿਆਦਾ ਸ਼ੌਂਕ ਹੈ ਕਿ ਉਹਨਾਂ ਨੇ ਫੇਸ ਮਾਸਕ ਹੀ ਸੋਨੇ ਦਾ ਬਣਵਾ ਲਿਆ ਜਿਸ ਦੀ ਕੀਮਤ ਲਗਭਗ 3 ਲੱਖ ਦੇ ਕਰੀਬ ਦੱਸੀ ਜਾ ਰਹੀ ਹੈ ਇਸ ਵਿਅਕਤੀ ਨੂੰ ਗੋਲਡਮੈਨ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਤੇ ਇਹ ਮਾਸਕ 5.5 ਤੋਲੇ ਦਾ ਹੈ ਤੇ ਇਸ ਦੀ ਕੀਮਤ ਲਗਭਗ 3 ਲੱਖ ਦੱਸੀ ਜਾ ਰਹੀ ਹੈ ਅਗਲੀ ਖਬਰ ਆ ਰਹੀ ਜੀ ਕੋਰੋਨਾ ਸੰਕਟ ਦੌਰਾਨ ਆਈ ਗੋਲਗੱਪਿਆਂ ਦੀ ਮਸ਼ੀਨ ਇਸ ਤਰ੍ਹਾਂ ਖਵਾਉਂਦੀ ਗੋਲਗੱਪੇ ਗੋਲਗੱਪਿਆਂ ਦਾ ਨਾਂ ਸੁਣਦਿਆਂ ਹੀ ਮੂੰਹ ਵਿੱਚ ਪਾਣੀ ਆ ਜਾਂਦਾ ਕਿਤੇ ਇਸ ਨੂੰ ਗੋਲਗੱਪਾ ਕਿਹਾ ਜਾਂਦਾ ਕਿਤੇ ਪਾਣੀਪੂਰੀ ਹੁਣ ਗੋਲਗੱਪਿਆਂ ਦੀ ਬੈਂਡਿੰਗ ਮਸ਼ੀਨ ਆ ਗਈ ਹੈ ਇਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਗੋਲਗੱਪਿਆਂ ਦੇ ਸ਼ੌਕੀਨ ਲੋਕ ਇਸ ਨੂੰ ਖੂਬ ਪਸੰਦ ਵੀ ਕਰ ਰਹੇ ਹਨ ਪਾਣੀਪੂਰੀ ਦੀ ਬੈਂਡਿੰਗ ਮਸ਼ੀਨ ਦੀ ਤਾਰੀਫ ਕਰਦੇ ਹਨ ਆਸਮ ਪੁਲਿਸ ਦੇ ਏ ਡੀ ਜੀ ਪੀ ਰੈਂਕ ਦੇ ਅਧਿਕਾਰੀ ਹਰਦੀਪ ਸਿੰਘ ਨੇ ਆਪਣੇ ਟਵਿੱਟਰ ਤੇ ਵੀਡੀਓ ਸ਼ੇਅਰ ਕੀਤਾ ਹੈ ਪਾਣੀਪੂਰੀ ਦੀ ਬੈਂਡਿੰਗ ਮਸ਼ੀਨ ਦੀ ਤਾਰੀਫ ਕਰਦੇ ਹਨ ਉਹਨਾਂ ਨੇ ਇਸ ਨੂੰ ਸ਼ੁੱਧ ਭਾਰਤੀ ਨਿਰਮਾਣ ਵੀ ਕਿਹਾ ਹੈ ਤੇ ਇਸ ਵੀਡੀਓ ਨੂੰ ਲੋਕ ਜ਼ਿਆਦਾ ਤੋਂ ਜ਼ਿਆਦਾ ਪਸੰਦ ਵੀ ਕਰ ਰਹੇ ਹਨ ਇਹ ਮਸ਼ੀਨ ਬਿਲਕੁਲ ਏਟੀਐਮ ਮਸ਼ੀਨ ਦੇ ਵਾਗਕਰਮ ਕਰਦੀ ਹੈ ਤੇ ਕਰੀਬ 6 ਮਹੀਨੇ ਦੀ ਮਿਹਨਤ ਤੋਂ ਬਾਅਦ ਇਹ ਮਸ਼ੀਨ ਬਣਾਈ ਗਈ ਹੈ ਜਿਸ ਤਹਸਾਬ ਨਾਲ ਇਸ ਵਿੱਚ ਜਿਵੇਂ ਕਿ 20 ਰੁਪਏ ਦਾ ਬਿੱਲ ਲੈਣ ਤੋਂ ਬਾਅਦ ਉਹਨੇ ਹੀ ਇਹ ਗੋਲ ਗੱਪੇ ਮਸ਼ੀਨ ਵਿੱਚੋਂ ਬਾਹਰ ਕੱਢਦੀ ਹੈ ਅਗਲੀ ਖਬਰ ਆ ਰਹੀ ਜੀ ਗਾਹਕਾਂ ਨੂੰ ਫਾਇਦਾ ਪਹੁੰਚਾਉਣ ਲਈ ਜਲਦ ਬਾਣਨਗੇ ਐਲਪੀਜੀ ਸਿਲੰਡਰ ਨਾਲ ਜੁੜੇ ਇਹ ਨਜਮ ਜਲਦ ਹੀ ਗਾਹਕਾਂ ਨੂੰ ਇਹ ਬਕਾਲਪ ਮਿਲਣ ਵਾਲਾ ਹੈ ਤੇ ਉਹਨਾ ਆਪਣੀ ਲੋੜ ਦੇ ਹਿਸਾਬ ਨਾਲ ਐਲਪੀਜੀ ਖਰੀਦ ਸਕਣਗੇ ਉਹਨਾਂ ਕੋਲ ਲੋੜ ਨਾ ਹੋਣ ਤੇ 14 ਕਿਲੋ ਦਾ ਐਲਪੀਜੀ ਰਸੋਈ ਗੈਸ ਨਾ ਲੈਣ ਅਤੇ ਨਾ ਹੀ ਪੂਰੇ ਪੈਸੇ ਦੇਣ ਦਾ ਬਕਲਪ ਵੀ ਹੋਵੇਗਾ ਸੂਤਰਾਂ ਅਨੁਸਾਰ ਪੈਟਰੋਲੀਅਮ ਮੰਤਰਾਲੇ ਨੇ ਸਰਕਾਰੀ ਤੇਲ ਕੰਪਨੀਆਂ ਨੂੰ ਗ੍ਰਾਮੀਣ ਅਤੇ ਛੋਟੇ ਸ਼ਹਿਰਾਂ ਨੂੰ ਧਿਆਨ ਵਿੱਚ ਰੱਖ ਕੇ ਮਾਰਕੀਟਿੰਗ ਰਿਫਾਰਮ ਦੀ ਪ੍ਰਕਿਰਿਆ ਨੂੰ ਤੇਜ਼ੀ ਵਿੱਚ ਲਿਆਉਣ ਲਈ ਕਿਹਾ ਹੈ ਤੇ ਇਸ ਨਾਲ 8 ਕਰੋੜ ਉਜਵਲਾ ਗਾਹਕਾਂ ਨੂੰ ਫਾਇਦਾ ਹੋਵੇਗਾ ਰੇਫੇਲ ਰੇਟ ਬਦਲ ਨਾਲ ਤੇਲ ਕੰਪਨੀਆਂ ਨੂੰ ਵੀ ਫਾਇਦਾ ਹੋਵੇਗਾ ਸੂਤਰਾਂ ਮੁਤਾਬਕ ਮੋਬਾਈਲ ਐਲ ਪੀ ਜੀ ਬੈਂਡ ਦੇ ਜ਼ਰੀਏ ਸਰਵਿਸ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ ਸੂਤਰਾਂ ਅਨੁਸਾਰ ਜਿੰਨਾ ਐਲ ਪੀ ਜੀ ਲਿਆ ਜਾਵੇਗਾ ਉਹਨਾਂ ਅਨੁਪਾਤ ਵਿੱਚ ਸਬਸਿਡੀ ਦਾ ਪ੍ਰਬੰਧ ਹੋਵੇਗਾ ਗਾਹਕ 80 ਤੋਂ 100 ਰੁਪਏ ਦਾ ਐਲ ਪੀ ਜੀ ਵੀ ਲੈ ਸਕਣਗੇ ਇਸ ਨਾਲ ਸਰਕਾਰ ਦੀ ਸਬਸਿਡੀ ਅਦਾਇਗੀ ਵਿੱਚ ਵੀ ਕਮੀ ਆਵੇਗੀ ਇਸ ਨਾਲ ਕਰੀਬ 37000 ਕਰੋੜ ਰੁਪਏ ਦੀ ਸਬਸਿਡੀ ਜਾਰੀ ਕੀਤੀ ਗਈ ਹੈ ਅਤੇ ਪ੍ਰਧਾਨ ਮੰਤਰੀ ਔਜਵਲ ਯੋਜਨਾ ਦੇ ਤਹਿਤ ਦਿੱਤੇ ਜਾਣ ਵਾਲੇ ਤਿੰਨ ਮੁਫਤ ਰਸੋਈ ਗੈਸ ਸਿਲੰਡਰ ਵਿਵਸਥਾ ਵਿੱਚ ਵੱਡਾ ਬਦਲਾਅ ਕੀਤਾ ਗਿਆ ਲਾਕਡਾਊਨ ਵਿੱਚ ਐਲਾਨ ਕੀਤਾ ਗਿਆ ਸੀ ਕਿ ਯੋਜਨਾ ਦੇ ਤਹਿਤ 1 April ਤੋਂ 30 June ਤੱਕ ਤਿੰਨ ਮੁਫਤ ਸਿਲੰਡਰ ਦਿੱਤੇ ਜਾਣਗੇ ਸਿਲੰਡਰ ਖਰੀਦਣ ਲਈ ਐਡਵਾਂਸ ਵਿੱਚ ਗਾਹਕਾਂ ਨੇ ਖਾਤਿਆਂ ਵਿੱਚ ਪੈਸੇ ਵੀ ਪਾਏ ਗਏ ਹਨ ਪਰ ਤੀਜੇ ਗੈਸ ਸਿਲੰਡਰ ਦਾ ਭੁਗਤਾਨ ਗਾਹਕਾਂ ਨੂੰ ਪਹਿਲਾਂ ਖੁਦ ਕਰਨਾ ਪਵੇਗਾ ਬਾਲ ਵਿੱਚ ਰਾਸ਼ੀ ਖਾਤੇ ਵਿੱਚ ਟਰਾਂਸਫਰ ਕੀਤੀ ਜਾਵੇਗੀ ਜਾਨਕਿ ਤੀਜੇ ਸਿਲੰਡਰ ਲਈ ਪੈਸੇ ਐਡਵਾਂਸ ਵਿੱਚ ਨਹੀਂ ਮਿਲਣਗੇ ਉਸ ਤੋਂ ਬਾਅਦ ਖਬਰ ਹੈ ਜੀ ਮੋਗਾ ਦੇ ਵਿਅਕਤੀ ਦੀ ਕਰੋਨਾ ਨਾਲ ਪੀਜੀਆਈ ਵਿੱਚ ਹੋਈ ਮੌਤ ਹਾਂਜੀ ਮੋਗਾ ਦੇ ਇੱਕ 35 ਸਾਲਾ ਵਿਅਕਤੀ ਦੀ ਕਰੋਨਾ ਨਾਲ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਵਿੱਚ ਮੌਤ ਹੋ ਗਈ ਹੈ ਕਰੋਨਾ ਨਾਲ ਮਰੇ ਵਿਅਕਤੀ ਦਾ ਮੋਗਾ ਵਿਖੇ ਐਕਸੀਡੈਂਟ ਹੋ ਗਿਆ ਤੇ ਉਹ ਪੀਜੀਆਈ ਵਿੱਚ ਜੇਰੇ ਇਲਾਜ ਸੀ ਉਹ ਜਿੱਤੇ ਉਹਦੀ ਰਿਪੋਰਟ ਜਾਂਚ ਕੀਤੀ ਗਈ ਤੇ ਕਰੋਨਾ ਉਸ ਨੂੰ ਵੀ ਪੋਜ਼ਿਟਿਵ ਪਾਇਆ ਗਿਆ ਹੈ ਪੋਜ਼ਿਟਿਵ ਹੋਣ ਤੋਂ ਬਾਅਦ ਕਈ ਉਸ ਵਿੱਚ ਲੱਛਣ ਪੂਰੇ ਤਰ੍ਹਾਂ ਨਾਲ ਛਾਏ ਹੋਏ ਸਨ ਤੇ ਜਿਸ ਤੋਂ ਬਾਅਦ ਕਰੋਨਾ ਦੇ ਕਾਰਨ ਉਸ ਦੀ ਮੌਤ ਹੋ ਗਈ ਅਤੇ ਮੋਗਾ ਜ਼ਿਲ੍ਹੇ ਵਿੱਚ ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 4 ਤੱਕ ਪੁੱਜ ਗਈ ਹੈ ਅਗਲੀ ਖਬਰ ਹੈ ਜੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਕਰਨ ਦੇ ਦੋਸ਼ ਵਿੱਚ ਡੇਰਾ ਸ਼ਿਰਸਾ ਦੇ 7 ਸ਼ਰਧਾਲੂ ਗ੍ਰਿਫਤਾਰ ਹਾਂਜੀ 1 ਜੂਨ ਨੂੰ ਪਿੰਡ ਬੁਰਜ ਜਵਾਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਕਰਨ ਦੇ ਦੋਸ਼ ਵਿੱਚ ਡੇਰਾ ਸਿਰਸਾ ਦੇ 7 ਸ਼ਰਧਾਲੂਆਂ ਨੂੰ ਗ੍ਰਿਫਤਾਰ ਕੀਤਾ ਗਿਆ ਇਸੇ ਘਟਨਾ ਮਗਰੋਂ ਪੰਜਾਬ ਵਿੱਚ ਬੇਆਦਬੀ ਦੇ ਮਾਮਲੇ ਤੇ ਵੱਡਾ ਤੂਫਾਨ ਖੜਾ ਹੋ ਗਿਆ ਇਹ ਜਾਣਕਾਰੀ ਦਿੰਦੇ ਹੋਏ ਖੱਟੜਾ ਨੇ ਦੱਸਿਆ ਕਿ ਇਹਨਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਵਿੱਚ ਸੁਖਜਿੰਦਰ ਸਿੰਘ ਨੀਲਾ ਰਣਜੀਤ ਭੋਲਾ ਨਿਸ਼ਾਨ ਬਲਜੀਤ ਸਿੰਘ ਅਤੇ ਨਰਿੰਦਰ ਚਰਮਾ ਸ਼ਾਮਲ ਹਨ ਜੋ ਸਾਰੇ ਪ੍ਰੀਤਕੋਟ ਦੇ ਰਹਿਣ ਵਾਲੇ ਹਨ ਯਾਦ ਰਵੇ ਕਿ 2018 ਵਿੱਚ ਖਰੜਾ ਦੀ ਅਗਵਾਈ ਵਾਲੀ ਟੀਮ ਨੇ ਬੀਆਰਵੀ ਘਟਨਾ ਦੇ ਦੰਗੇ ਕਰਨ ਦੇ ਦੋਸ਼ ਵਿੱਚ 20 ਡੇਰਾ ਸ਼ਰਧਾਲੀਆਂ ਨੂੰ ਵੀ ਗ੍ਰਿਫਤਾਰ ਕੀਤਾ ਸੀ ਅਗਲੀ ਵੱਡੀ ਖਬਰ ਹੈ ਜੀ ਦੇਸ਼ ਵਿੱਚ ਕਰੋਨਾ ਨੇ ਮੌੜ ਤੋੜਿਆ ਰਿਕਾਰਡ ਪਿਛਲੇ 24 ਘੰਟਿਆਂ ਦੌਰਾਨ 22771 ਨਵੇਂ ਮਾਮਲੇ 442 ਲੋਕਾਂ ਦੀ ਮੌਤ हां जी देश ਵਿੱਚ ਕਰੋਨਾ ਵਾਇਰਸ ਦੇ ਲਗਾਤਾਰ ਮਾਮਲੇ ਵਧਦੇ ਜਾ ਰਹੇ ਹਨ ਤੇ ਪਿਛਲੇ 24 ਘੰਟਿਆਂ ਦੌਰਾਨ 22771 ਨਵੇਂ ਮਾਮਲੇ ਸਾਹਮਣੇ ਆਏ ਜਿਸ ਤੋਂ ਬਾਅਦ ਦੇਸ਼ ਵਿੱਚ ਕਰੋਨਾ ਪੀੜਤਾਂ ਦੀ ਗਿਣਤੀ 648315 ਹੋ ਗਈ ਹੈ ਸੀਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਸ਼ਨੀਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਦੇਸ਼ ਵਿੱਚ ਇਸ ਸਮੇਂ 235433 ਸਰਗਰਮ ਕੇਸ ਹਨ ਅਤੇ ਮਰਨ ਵਾਲਿਆਂ ਦੀ ਗਿਣਤੀ 18655 ਹੋ ਗਈ ਹੈ ਉੱਥੇ ਹੀ ਕੋਵਿਡ-19 ਠੀਕ ਹੋਏ ਮਰੀਜ਼ਾਂ ਦੀ ਗਿਣਤੀ 394226 ਤੱਕ ਪਹੁੰਚ ਗਈ ਹੈ ਦੇਸ਼ ਵਿੱਚ ਸਭ ਤੋਂ ਜ਼ਿਆਦਾ ਪ੍ਰਭਾਵਿਤ ਮਹਾਰਾਸ਼ਟਰ ਹੈ ਜਿੱਥੇ ਕਿ ਇੱਕ ਦਿਨ ਵਿੱਚ 6364 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਹੁਣ ਤੱਕ ਕੁੱਲ ਪੀੜਤਾਂ ਦੀ ਗਿਣਤੀ 192000 ਤੋਂ ਵੀ ਪਾਰ ਹੋ ਚੁੱਕੀ ਹੈ ਤੇ ਪਿਛਲੇ 24 ਘੰਟਿਆਂ ਦੌਰਾਨ ਇਸ ਸੂਬੇ ਵਿੱਚ 198 ਲੋਕਾਂ ਦੀ ਮੌਤ ਹੋ ਚੁੱਕੀ ਹੈ ਦੇਸ਼ ਦੇ ਰਾਜਤਾਰ ਨੇ ਦਿੱਲੀ ਵਿੱਚ ਵੀ कोरोना बे काबू ਹੈ ਤੇ ਸ਼ੁੱਕਰਵਾਰ ਨੂੰ ਰਾਜ ਵਿੱਚ ਤਕਰੀਬਨ 2520 ਨਵੇਂ ਮਾਮਲੇ ਆਏ ਹਨ ਤੇ ਕੁੱਲ ਮਾਮਲੇ ਲਗਭਗ 95000 ਤੋਂ ਪਾਰ ਹੋ ਚੁੱਕੇ ਹਨ ਤੇ 4329 ਨਵੇਂ ਮਾਮਲੇ ਤਾਮਿਲਨਾਡੂ ਵਿੱਚ ਵੀ ਸਾਹਮਣੇ ਹਨ ਤੇ ਇਸ ਰਾਜ ਵਿੱਚ ਵੀ ਕੋਰੋਨਾ ਲਾਗ ਦੀ ਗਿਣਤੀ 1 ਲੱਖ ਨੂੰ ਪਾਰ ਕਰ ਗਈ ਹੈ ਅਗਲੀ ਵੱਡੀ ਖਬਰ ਹੈ ਜੀ ਟਿਕਟੋਕ ਤੇ ਭਾਰਤ ਵਿੱਚ ਰੋਕ ਲੱਗਣ ਨਾਲ 6 ਅਰਬ ਡਾਲਰ ਦੇ ਨੁਕਸਾਨ ਦੀ ਸੰਭਾਵਨਾਵਾਂ ਰਿਪੋਰਟ ਵੀਡੀਓ ਸੋਸ਼ਲ ਮੀਡੀਆ ਐਪ ਟਿਕਟੌਕ ਤੇ ਮਾਲਕਾਨਾ ਹੱਕ ਰੱਖਣ ਵਾਲੀ ਚੀਨੀ ਕੰਪਨੀ ਨੂੰ ਭਾਰਤ ਵਿੱਚ ਉਸ ਤੇ ਤਿੰਨ ਐਪ ਤੇ ਰੋਕ ਲਗਾਏ ਜਾਣ ਨਾਲ 6 ਅਰਬ ਡਾਲਰ ਤੋਂ ਜ਼ਿਆਦਾ ਦਾ ਨੁਕਸਾਨ ਹੋਣ ਦਾ ਖਾਸ਼ਾ ਜਿਤਾਇਆ ਜਾ ਰਿਹਾ ਜਿਕਰ ਜੋ ਹੈ ਕਿ ਭਾਰਤ ਸਰਕਾਰ ਨੇ ਬੀਤੇ ਦਿਨੀ ਚੀਨ ਦੀਆਂ ਕੁੱਲ 59 ਐਪਾਂ ਤੇ ਰੋਕ ਲਗਾ ਦਿੱਤੀ ਸੀ ਇਸ ਵਿੱਚ ਟਿਕਟੌਕ, ਵੀਗੋ ਵੀਡੀਓ, ਹੈਲੋ ਜੂਸੀ ਬ੍ਰਾਊਜ਼ਰ ਵਰਗੇ ਵੱਡੇ ਐਪ ਸ਼ਾਮਲ ਸਨ ਜਿਨ੍ਹਾਂ ਨੂੰ ਕਿ ਚੀਨੀ ਪੋਏ ਨਾਲ ਝੜਪ ਤੋਂ ਬਾਅਦ ਬੰਦ ਕਰ ਦਿੱਤਾ ਹੈ ਇਹ ਸਨ ਜੀ ਅੱਜ ਦੀਆਂ ਪੰਜਾਬ ਤੇ ਭਾਰਤ ਦੀਆਂ ਤਾਜ਼ਾ ਤਰੀਨ ਵੱਡੀਆਂ ਖਬਰਾਂ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਜਰੂਰ ਕਰਿਓ ਆਪਣੇ ਯਾਰਾਂ ਦੋਸਤਾਂ ਨਾਲ ਤਾਂ ਕਿ ਹਰੇਕ ਪੰਜਾਬ ਵਾਸੀ ਤੇ ਕਰੇ ਨਾ ਖਬਰਾਂ ਦੀ ਜਾਣਕਾਰੀ ਪਹੁੰਚ ਸਕੇ ਆਉਣ ਵਾਲੀਆਂ ਤਾਜ਼ਾ ਤਰੀਨ ਖਬਰਾਂ ਲਈ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤਦ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ